ਉਹ ਨਰਕਾਂ ਦਾ ਅਧਿਕਾਰੀ ਹੋਵੇਗਾ। ਸਾਰੀ ਸੰਗਤ ਕੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਆਪਾਂ ਇਸੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਨ ਵਾਸਤੇ ਇਕੱਠੇ ਹੋਏ ਆ। ਅੱਜ ਆਪਾਂ ਪਿਆਰ ਦੀ ਪ੍ਰੇਮ ਦੀ ਸ਼ਰਧਾਂਜਲੀ ਉਹਨਾਂ ਸ਼ਹੀਦਾਂ ਨੂੰ ਅਰਪਣ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ। ਗੁਰੂ ਕੀ ਸੰਗਤ ਜਿਨ੍ਹਾਂ ਨੇ 7-9 ਵਰੇ ਦੀ ਉਮਰ ਦੇ ਵਿੱਚ ਜਨਮ ਦੀ ਜ਼ੁਲਮ ਪਰਿਵਾਰ ਦੇ ਅੱਗੇ ਸਾਧ ਸੰਗਤ ਸੇਵਤਾਂ ਦੇ ਦਿੱਤਾ, ਪਰ ਆਪਣਾ ਧਰਮ ਨਹੀਂ ਗੁਰੂ ਕੀ ਸੰਗਤ ਦਿੱਤਾ, ਧਰਮ ਨਹੀਂ ਧਰਮ ਪਾਲਿਆ ਗੁਰੂ ਕੀ ਸੰਗਤ ਸਿਰ ਦੇ ਦਿੱਤਾ, ਪਰ ਧਰਮ ਨਹੀਂ ਹਾਰਿਆ। ਮਾਫ਼ ਕਰਨਾ ਆ ਗੁਰੂ ਦੀ ਸੰਗਤ, ਜਦੋਂ ਗੁਰੂ ਸਾਹਿਬ ਨੇ ਤੋਕ ਉਚਾਰਨ ਕੀਤੀ, ਜੋ ਹਮਕੋ ਪਰਮੇਸ਼ਰ ਉਤਰਾ ਤੇ ਸਭ ਨਰਕ ਕੁੰਡ ਮੈਂ ਪਰੈ, ਪੰਜਾਂ ਪਿਆਰਿਆਂ ਨੇ ਮੁਖੀ ਭਾਈ ਦਇਆ ਸਿੰਘ ਕਹਿਣ ਲੱਗੇ, ਪਾਤਸ਼ਾਹ ਆਪ ਜੀ ਨੇ ਆ ਕੀ ਤੁਕ ਉਚਾਰਨ ਕਰਤੀ? ਆਖਿਆ ਮਹਾਰਾਜ ਦੱਸੋ ਗੁਰੂ ਨਾਨਕ ਸਾਹਿਬ ਕਿਹੜਾ ਅਵਤਾਰ ਸਨ? ਮਾਫ਼ ਕਰਨਾ ਗੁਰੂ ਨਾਨਕ ਸਾਹਿਬ ਕਿਹੜਾ ਅਵਤਾਰ ਸਨ? ਗੁਰਦੇਵ ਨੇ ਅੱਗੇ ਕਹਿਣ ਦਇਆ ਸਿੰਘ, ਗੁਰੂ ਨਾਨਕ ਗੁਰੂ ਪਰਮੇਸ਼ਰ ਦਾ ਅਵਤਾਰ ਸਨ। ਗੁਰੂ ਨਾਨਕ ਆਪ ਨਰਾਇਣ ਕਲਾ ਧਾਰ ਜਗਮੈਂ ਪਰਵਰਿਓ। ਆਖਿਆ ਮਹਾਰਾਜ ਜੀ ਫਿਰ ਗੁਰੂ ਅੰਗਦ ਦੇ ਮਾਰੇ ਕਿਹੜਾ ਅਵਤਾਰ ਸਨ? ਉਹਨਾਂ ਦੀ ਗੁਰਤਾ ਗੁਰਗੱਦੀ ਤੇ ਬੈਠੇ ਸਨ। ਮਹਾਰਾਜ ਲੱਗੇ ਕਹਿਣ, ਭਾਈ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਦਾ ਅਵਤਾਰ ਸਨ, ਉਹ ਵੀ ਪਰਮੇਸ਼ਰ ਦਾ ਅਵਤਾਰ ਸਨ। ਫਿਰ ਆਖਿਆ ਮਹਾਰਾਜ ਗੁਰੂ ਅਮਰਦਾਸ ਜੀ, ਆਖਿਆ ਮਹਾਰਾਜ ਉਹ ਵੀ ਮਹਾਰਾਜ ਦਸਵੇਂ ਪਾਤਸ਼ਾਹ ਲੱਗੇ ਕਹਿਣ, ਭਾਈ ਦਇਆ ਸਿੰਘ ਉਹ ਵੀ ਗੁਰੂ ਨਾਨਕ ਦਾ ਅਵਤਾਰ ਸਨ, ਕਿਉਂਕਿ ਗੁਰੂ ਦੀ ਗੱਦੀ ਤੇ ਗੁਰੂ ਬਹਿ ਸਕਦਾ। ਅਕਾਲ ਪੁਰਖ ਦੀ ਗੱਦੀ ਸੀ, 10 ਜਾਮੇ ਸਾਡੇ ਗੁਰੂਆਂ ਦੇ, ਅਕਾਲ ਪੁਰਖ ਦੇ ਆਪਣੇ ਜਾਮੇ ਸਨ ਗੁਰੂ ਕੀ ਸੰਗਤ। ਗੱਲ ਕਰਦੇ ਕਰਦੇ ਭਾਈ ਦਇਆ ਸਿੰਘ ਪੁੱਛਦੇ ਇੱਥੇ ਪੁੱਜੇ, ਮਹਾਰਾਜ ਜੀ ਗੁਰੂ ਤੇਗ ਬਹਾਦਰ ਜੀ ਕਿਹਦਾ ਅਵਤਾਰ ਸਨ? ਆਖਿਆ ਉਹ ਵੀ ਪਰਮੇਸ਼ਰ ਦਾ ਅਵਤਾਰ ਸਨ। ਆਖਿਆ ਮਹਾਰਾਜ ਜੀ ਉਸੇ ਗੁਰਤਾ ਗੁਰਗੱਦੀ ਦੇ ਤੁਸੀਂ ਵਾਰਸ, ਤੁਸੀਂ ਕਿਹਦਾ ਅਵਤਾਰ ਹੋ? ਮਹਾਰਾਜ ਭਾਈ ਦਇਆ ਸਿੰਘ ਲੱਗੇ ਕਹਿਣ, ਮਹਾਰਾਜ ਤੁਸੀਂ ਕਿਹਦਾ ਅਵਤਾਰ ਹੋ? ਗੁਰੂ ਸਾਹਿਬ ਚੁੱਪ ਕਰਕੇ ਆਖਿਆ, ਭਾਈ ਦਇਆ ਸਿੰਘ ਇਹ ਗੱਲ ਇੱਥੇ ਰੱਖੀ, ਅਸੀਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜਨਾ, ਅਸੀਂ ਵੀ ਉਸੇ ਗੁਰੂ ਨਾਨਕ ਦੇ ਅਵਤਾਰ। ਮਾਫ਼ ਕਰਨਾ ਗੁਰੂ ਨਾਨਕ ਦੀ ਗੱਦੀ ਤੇ ਗੁਰਤਾ ਗੁਰਗੱਦੀ ਤੇ ਗੁਰੂ ਨਾਨਕ ਹੀ ਬੈਠ ਸਕਦਾ। ਮਾਫ਼ ਕਰਨਾ ਰਾਜੇ ਦੀ ਗੱਦੀ ਤੇ ਸੰਗਤ ਜੀ ਰਾਜਾ ਬੈਠ ਸਕਦਾ, ਚਪੜਾਸੀ ਦਾ ਚੌਕੀਦਾਰ ਨਹੀਂ ਬੈਠ ਸਕਦਾ। ਜੱਜ ਦੀ ਸੀਟ ਤੇ ਜੱਜ ਬੈਠ ਸਕਦਾ, ਚਪੜਾਸੀ ਨਹੀਂ ਬੈਠ ਸਕਦਾ। ਗੁਰੂ ਨਾਨਕ ਦੀ ਗੁਰਤਾ ਗੁਰਗੱਦੀ ਤੇ ਗੁਰੂ ਗੋਬਿੰਦ ਸਿੰਘ ਬੈਠ ਸਕਦਾ, ਗੁਰੂ ਗੋਬਿੰਦ ਸਿੰਘ ਦੀ ਗੁਰਤਾ ਗੁਰਗੱਦੀ ਤੇ ਗੁਰੂ ਗ੍ਰੰਥ ਸਾਹਿਬ ਬੈਠ ਸਕਦਾ, ਦੂਜਾ ਨਹੀਂ ਬੈਠ ਸਕਦਾ। ਆਖਿਆ ਦਇਆ ਸਿੰਘ ਅਸੀਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜਨਾ। ਆਖਿਆ ਗੱਲ ਇੱਥੇ ਰੱਖੀ, ਬਾਣੀ ਗੁਰੂ ਗੁਰੂ ਹੈ, ਬਾਣੀ ਬਾਣੀ ਅੰਮ੍ਰਿਤ ਸਾਰ, ਗੁਰੂ ਬਾਣੀ ਕਹੇ ਸੇਵਕ ਜਨ ਮਨ, ਪਰ ਤੱਕ ਗੁਰੂ ਨਿਤ ਸਾਰ। ਮਾਫ਼ ਕਰਨਾ ਇੱਧਰ ਮਾਤਾ ਸੁੰਦਰੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਧੰਨ ਗੁਰੂ ਕਲਗੀਆਂ ਵਾਲਿਆ, ਤੂੰ ਧੰਨ ਹੈ। ਚਾਰੇ ਪੁੱਤਰ ਨਜ਼ਰ ਨਹੀਂ ਆਉਂਦੇ, ਗੁਰੂ ਜੀ ਮੈਲ ਪੁੱਛਦੇ, ਸੋਨੇ ਲਾਲ ਨਜ਼ਰ ਨਹੀਂ ਆਉਂਦੇ, ਗੁਰੂ ਜੀ ਮੈਲ ਪੁੱਛਦੇ, ਸੋਨੇ ਲਾਲ ਨਜ਼ਰ ਨਹੀਂ। Thank you.
ਕਲਗੀਆਂ ਵਾਲੇ ਪਾਤਸ਼ਾਹ।